ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਅਤੇ ਖਾਸ ਖਾਸ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਅੱਜ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਜੀ। ਸਭ ਤੋਂ ਪਹਿਲਾਂ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਇੰਦਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਧੰਨਵਾਦ। ਅਤੇ ਹੁਣ ਰੁੱਖ ਕਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਇੱਕ ਵਾਰ ਫਿਰ ਗਰਮੋ ਗਰਮੀ ਦਾ ਜਿਹੜਾ ਬਿਆਨ ਦਿੱਤਾ ਹੈ, ਜਿਸ ਦੇ ਵਿੱਚ ਕੈਪਟਨ ਸਾਹਿਬ ਨੇ ਕਿਹਾ ਹੈ ਕਿ ਪਾਕਿਸਤਾਨ ਦਾ ਜਿਹੜਾ ਲਾਂਘਾ ਖੋਲ੍ਹਣ ਦੇ ਪਿੱਛੇ ਇੱਕ ਸਾਜ਼ਿਸ਼ ਰਚਣ ਦਾ ਜਿਹੜਾ ਵਿਚਾਰ ਹੈ ਪਾਕਿਸਤਾਨੀ ਫੌਜ ਦੇ ਉੱਤੇ, ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨੀ ਫੌਜ ਇਸ ਲਾਂਘੇ ਨੂੰ ਲੈ ਕੇ, ਇਸ ਲਾਂਘੇ ਨੂੰ ਖੋਲ੍ਹਣ ਦੇ ਪਿੱਛੇ ਇੱਕ ਸਾਜ਼ਿਸ਼ ਰਚ ਰਹੀ ਹੈ। ਇਹ ਬਿਆਨ ਕੈਪਟਨ ਅਮਰਿੰਦਰ ਸਿੰਘ ਨੇ ਕਿਉਂ ਦਿੱਤਾ, ਉਹਨਾਂ ਨੂੰ ਕਿਵੇਂ ਲੱਗ ਰਿਹਾ ਕਿ ਜਿਹੜਾ ਪਾਕਿਸਤਾਨੀ ਫੌਜ ਇੱਕ ਸਾਜ਼ਿਸ਼ ਰਚ ਰਹੀ ਹੈ? ਮੈਂ ਖੁਦ ਬਹੁਤ ਹੈਰਾਨ ਹਾਂ ਇਸ ਬਿਆਨ ਦੇ ਉੱਤੇ ਕਿ ਕੈਪਟਨ ਸਾਹਿਬ ਨੇ ਇਹ ਬਿਆਨ ਦਿੱਤਾ। ਹਾਲਾਂਕਿ ਸਾਡੇ ਮਤਲਬ ਜਿੰਨੇ ਇੱਥੇ ਖਾਸ ਤੌਰ 'ਤੇ ਪੰਜਾਬ ਦੇ ਲੋਕ ਹੈਗੇ ਆ ਜਾਂ ਪੰਜਾਬ ਦੇ ਪੋਲੀਟੀਸ਼ੀਅਨ ਹੈਗੇ ਆ, ਲਗਾਤਾਰ ਇਸ ਗੱਲ ਦੀ ਮੰਗ ਕਰਦੇ ਆ ਕਿ ਜਿਹੜਾ ਪਾਕਿਸਤਾਨ ਨਾਲ ਜਿਹੜੇ ਗੇਟ ਹੈਗੇ ਆ ਉਹ ਖੋਲ੍ਹੇ ਜਾਣ ਤਾਂ ਕਿ ਸਾਡਾ ਬਿਜ਼ਨਸ ਵੱਧ ਸਕੇ ਜਾਂ ਕੁਛ। ਲੇਕਿਨ ਦੋਨੋਂ ਦੇਸ਼ਾਂ 'ਚ ਜਿਹੜਾ ਟਕਰਾਓ ਦੀ ਸਥਿਤੀ ਉਹ ਇੰਨੀ ਜ਼ਿਆਦਾ ਬਣੀ ਹੋਈ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਦੋਨਾਂ ਦੇ ਵਿੱਚ ਕੋਈ ਗੱਲਬਾਤ ਨਹੀਂ ਹੋ ਰਹੀ। ਬਹੁਤ ਸਮੇਂ ਬਾਅਦ ਕਰਤਾਰਪੁਰ ਲਾਂਘੇ ਰਾਹੀਂ ਇੱਕ ਮੌਕਾ ਬਣ ਰਿਹਾ ਸੀਗਾ ਕਿ ਸ਼ਾਇਦ ਗੱਲਬਾਤ ਦੁਬਾਰਾ ਤੋਂ ਸ਼ੁਰੂ ਹੋ ਜਾਵੇ। ਔਰ ਕਰਤਾਰਪੁਰ ਇੱਕ ਵੈਸੇ ਤਾਂ ਰਿਲੀਜੀਅਸ ਪੁਆਇੰਟ ਆਫ ਵਿਊ ਨਾਲ ਹੀ ਖੋਲ੍ਹਿਆ ਜਾਣਾ ਹੈ, ਕਿਉਂਕਿ 550 ਸਾਲਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ਪੁਰਬ ਅਗਲੇ ਸਾਲ ਮਨਾਇਆ ਜਾਣਾ ਹੈ ਜੀ। ਔਰ ਉਹਦੇ ਲਈ ਦੋਨੋਂ ਤਰਫ ਤੋਂ ਹੀ ਇਸ ਗੱਲ ਦੀ ਉਹ ਸੀ ਇੱਛਾ ਕਿ ਇਹ ਖੋਲ੍ਹਿਆ ਜਾਣਾ ਚਾਹੀਦਾ। ਗੁਰੂ ਨਾਨਕ ਸਾਹਿਬ ਦੇਖੋ ਪਾਕਿਸਤਾਨ 'ਚ ਵੀ ਉਨੇ ਹੀ ਲੋਕਾਂ ਦੇ ਪੂਜੇ ਜਾਣ ਵਾਲੇ ਵਿਅਕਤੀ ਹੈ ਜਿਹਨੇ ਸਾਡੇ ਲਈ ਹੈਗੇ ਆ। ਸੋ ਮੈਨੂੰ ਇਹ ਲੱਗਦਾ ਸੀ ਕਿ ਇਹ ਇੱਕ ਅੱਛਾ ਮੌਕਾ ਸੀ, ਪਰ ਇਹ ਲਗਾਤਾਰ ਦੂਸਰੀ ਵਾਰ ਹੈ ਜੋ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਸਖਤ ਬਿਆਨ ਦਿੱਤਾ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਜਦੋਂ ਕਰਤਾਰਪੁਰ ਡੇਰਾ ਬਾਬਾ ਨਾਨਕ ਦੇ ਵਿੱਚ ਨੀਂਹ ਪੱਥਰ ਰੱਖ ਰਹੇ ਸੀ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਜੀ, ਉਦੋਂ ਵੀ ਉਹਨਾਂ ਨੇ ਉਸ ਤੋਂ ਪਹਿਲਾਂ ਪਾਕਿਸਤਾਨ ਆਰਮੀ ਦੇ ਖਿਲਾਫ਼ ਬਹੁਤ ਸਖਤ ਮਤਲਬ ਬਿਆਨ ਦਿੱਤਾ, ਅਤੇ ਹੁਣ ਲਗਾਤਾਰ ਦੂਸਰਾ ਹੁਣ ਜਿਹਨਾਂ ਨੂੰ ਸਾਜ਼ਿਸ਼ ਹੀ ਦੱਸਦਾ ਹੈ ਜੀ। ਮੈਨੂੰ ਇਹ ਲੱਗ ਰਿਹਾ ਕਿ ਇਹ ਇਹ ਮੌਕਾ ਨਹੀਂ ਹੈਗਾ। ਮੈਂ 2 ਕੁ ਦਿਨ ਪਹਿਲਾਂ ਹੀ ਜਿਹੜਾ ਚੰਡੀਗੜ੍ਹ ਦੇ ਵਿੱਚ ਮਿਲਟਰੀ ਲਿਟਰੇਚਰ ਫੈਸਟ ਵੀ ਚੱਲ ਰਿਹਾ ਸੀ, ਮੈਂ ਉਹਦੇ 'ਚ ਕਾਫੀ ਸੀਨੀਅਰ ਜਿਹੜੇ ਰੱਖਿਆ ਵਿਸ਼ੇਸ਼ਗ ਸਾਡੇ ਹੈਗੇ ਹੈ ਉਹ ਆਏ ਹੋਏ ਸੀ, ਕੁਝ ਰਾਓ ਦੇ ਸਾਬਕਾ ਚੀਫ ਵੀ ਰਹੇ ਹੈ ਉਹ ਆਏ, ਫੌਜ ਦੇ ਬਹੁਤ ਸਾਰੇ ਸੀਨੀਅਰ ਜਿਹੜੇ ਅਧਿਕਾਰੀ ਹੈ ਉਹ ਵੀ ਆਏ ਹੋਏ ਸੀ। ਉਹ ਵੀ ਇਸ ਗੱਲ ਨੂੰ ਮੰਨ ਰਹੇ ਸੀ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੋ ਪਹਿਲ ਕੀਤੀ ਹੈ ਜੀ ਔਰ ਜੋ ਹੁਣ ਤੱਕ ਉਹ ਗੱਲਾਂ ਕਰਦੇ ਆ ਰਹੇ ਹੈ ਉਹ ਕੋਈ ਵੀ ਉਹਨਾਂ 'ਚੋਂ ਗਲਤ ਗੱਲ ਨਹੀਂ ਕੀਤੀ, ਔਰ ਸਾਨੂੰ ਉਹਨਾਂ ਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਬਹੁਤ ਘੱਟ ਅਖਬਾਰਾਂ 'ਚ, ਕਿਉਂਕਿ ਉਹ ਇਹ ਜਦੋਂ ਮੈਂ ਸੁਣ ਰਿਹਾ ਸੀ ਉਹਨਾਂ ਦਾ ਜਿਹੜਾ ਇਹ ਸੈਮੀਨਾਰ ਸੀਗਾ ਉਹ ਬਹੁਤ ਲੇਟ ਸੀ, ਇਸ ਕਰਕੇ ਬਹੁਤ ਘੱਟ ਅਖਬਾਰਾਂ 'ਚ ਰਿਪੋਰਟ ਹੋਇਆ, ਲੇਕਿਨ ਫਿਰ ਵੀ ਸਾਰੇ ਅਖਬਾਰਾਂ ਨੇ ਇਹਨਾਂ ਨੂੰ ਬਹੁਤ ਅੱਛੀ ਥਾਂ ਦਿੱਤੀ ਕਿ ਜਿਹੜਾ ਪਾਕਿਸਤਾਨ ਅਸੀਂ ਭਾਰਤ ਵੱਲੋਂ ਜਿਹੜਾ ਰੁੱਖ ਅਪਣਾਇਆ ਹੋਇਆ ਉਹ ਬਹੁਤ ਸਖਤ ਹੈ। ਮਤਲਬ ਈਵਨ ਸੁਸ਼ਮਾ ਸਵਰਾਜ ਜੀ ਨੇ ਕਿਹਾ ਕਿ ਮਤਲਬ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਟਾਕਸ ਦੁਬਾਰਾ ਤੋਂ ਸ਼ੁਰੂ ਕਰਤੀਆਂ ਜੀ, ਪਰ ਮੈਂ ਇਹ ਕਹਿ ਰਿਹਾ ਹਾਂ ਕਿ ਕਰ ਦੇਣੀਆਂ ਚਾਹੀਦੀਆਂ ਨੇ। ਅਸੀਂ ਪੰਜਾਬ ਜਿਸ ਸਥਿਤੀ ਦੇ ਵਿੱਚ, ਚਾਹੇ ਉਹ ਸਾਡੀ ਆਰਥਿਕ ਸਥਿਤੀ ਹੋਵੇ ਚਾਹੇ ਸਮਾਜਿਕ ਸਥਿਤੀ ਹੋਵੇ, ਅਸੀਂ ਬਹੁਤ ਫਸੇ ਹੋਏ ਹਾਂ ਇਸ ਟਾਈਮ, ਔਰ ਸੇਮ ਹੀ ਹਾਲਤ ਉੱਧਰ ਪਾਕਿਸਤਾਨ ਦੀ ਵੀ ਇਹੀ ਹੈ, ਉਹ ਵੀ ਆਰਥਿਕ ਤੌਰ 'ਤੇ ਬਹੁਤ ਤਬਾਹ ਹੋਇਆ ਹੋਇਆ। ਠੀਕ ਹੈ, ਅਗਰ ਦੋਨੋਂ ਦੇਸ਼ ਇਕੱਠੇ ਹੋ ਕੇ ਇੱਕ ਉਸ 'ਤੇ ਆਉਂਦੇ ਹੈ ਮੰਚ 'ਤੇ ਔਰ ਇਹ ਲਾਂਘਾ ਖੁੱਲ੍ਹਦਾ ਹੈ, ਵਪਾਰ ਤੁਹਾਡਾ ਸ਼ੁਰੂ ਹੁੰਦਾ ਹੈ, ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਉਪਲਬਧੀ ਕੋਈ ਨਹੀਂ ਹੋ ਸਕਦੀ ਔਰ ਉਹਦਾ ਸਭ ਤੋਂ ਵੱਡਾ ਫਾਇਦਾ ਪੰਜਾਬ ਨੂੰ ਹੋਏਗਾ। ਪਰ ਪੰਜਾਬ ਦੇ ਚੀਫ ਮਿਨਿਸਟਰ ਵੱਲੋਂ ਹੀ ਬਿਲਕੁਲ ਉਲਟਾ ਰੁੱਖ ਅਪਣਾਇਆ ਹੋਇਆ, ਇਸ ਗੱਲ ਦੀ ਮੈਨੂੰ ਬਹੁਤ ਹੈਰਾਨਗੀ ਹੋ ਰਹੀ ਹੈ। ਮੈਨੂੰ ਲੱਗਦਾ ਕਿ ਉਹਨਾਂ ਨੂੰ ਆਪਣੇ ਜਿਹੜੇ ਇਸ 'ਤੇ ਪੁਨਰ ਵਿਚਾਰ ਕਰਨਾ ਚਾਹੀਦਾ, ਇਹ ਠੀਕ ਨਹੀਂ ਹੈ ਪੰਜਾਬ ਦੇ ਪੁਆਇੰਟ ਆਫ ਵਿਊ ਨਾਲ। ਬਿਲਕੁਲ, ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੇ ਇੱਕ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ, ਜਨ ਨਾਇਕ ਜਨਤਾ ਦਲ ਜਿਹੜੀ ਪਾਰਟੀ ਹੈ ਉਸਦਾ ਜਿਹੜਾ ਗਠਨ ਵੀ ਕੀਤਾ ਗਿਆ ਹੈ। ਹੁਣ ਇਸ ਤੋਂ ਬਾਅਦ ਇੱਕ ਨਵੀਂ ਪਾਰਟੀ ਦੇ ਵਿੱਚ ਇੱਕ ਨਵੇਂ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਨੇ। ਪਿਛਲੇ ਲੰਬੇ ਸਮੇਂ ਤੋਂ ਹਰਿਆਣਾ ਦੀ ਸਿਆਸਤ ਦੇ ਵਿੱਚ ਕਸਮਾਨ ਪਿਆ ਹੋਇਆ ਸੀ ਅਤੇ ਹੁਣ ਪਾਰਟੀ ਦਾ ਗਠਨ, ਇਹ ਵੀ ਕਿਵੇਂ ਦੇਖ ਰਹੇ ਹੋ? ਦੇਖੋ, ਪਿਛਲੇ 1 ਮਹੀਨੇ ਤੋਂ ਲਗਭਗ ਚੌਟਾਲਾ ਫੈਮਿਲੀ ਜਿਹੜੀ ਹੈਗੀ ਆ ਉਹਦੇ ਵਿੱਚ ਬਹੁਤ ਘਮਸਾਨ ਮਚਿਆ ਹੋਇਆ, ਜਦ ਦੇ
मतलब अभय चौटाला उन्होंने सारा मतलब टेक ओवर कर लिया जी, क्योंकि देखो ओम प्रकाश चौटाला और अजय चौटाला जेडे मेन पार्टी के थम से वह दोनों ही इस टाइम जेल च ने, और उस तो बाद पार्टी संभालना एक बहुत वड्डी जिम्मेदारी सी जो अभय चौटाला होना ने निभाई है। पर मैं ये इशू तो हट के गल करना चाहना, मैं ये गल करना चाहना कि जड़िया परिवारवाद दियां पार्टियां है जिते परिवार पार्टी पिछे रह जाती और परिवार अगे चले जाते हैं, उन्हें इस किस्म दी लड़ाइया होनिया सुभाविक ही ने जी, क्योंकि जो बंदा कोई पार्टी बनाता है वो अपना एक संघर्ष हों, संघर्ष के निकल के आता है और फिर वह पार्टी का गठन करता और फैलांदा है। बिल्कुल ठीक है, लेकिन बाद जो वो पार्टी काडर नूं साइड ते रख के मतलब अपने परिवार के बंदियां नूं जो ज़्यादा तरजीह देन लग जाते हैं तो इस किस्म दियां जिहड़ियां पार्टी के अंदर और परिवार के अंदर दोनों तरफ तो ही जिहड़ियां प्रैशर बनने शुरू हो जाते हैं। पार्टी के लोग चाहते हैं कि पार्टी के बंदियां नूं अगे लिया जाए और उन्हां नूं सीटां दित्तियां जाण, लेकिन परिवार के बंदे चाहते हैं कि परिवार के बंदियां नूं अगे लिया जाए तो उन्हां नूं सीटां दित्तियां जाण। हुण तुसीं भी देखो ओम प्रकाश चौटाला मतलब जिहड़े हैगे आ उह काफ़ी बुजुर्ग भी हो गया, लेकिन हजे भी अगर वो उन्हों का केस ना पैंदा तो हजे भी लड़न लई तैयार। अभय चौटाला अजय चौटाला उन्हां दी वाइफ नैना चौटाला फिर उन्हां दे इह जिहड़े बेटे हैगे दुष्यंत चौटाला सारे ही मैंबर पार्लीमेंट भी है और विधायक भी ने, मतलब या वो मैंबर पार्लीमेंट ने या विधायक ने, मतलब इहदा मतलब है एक परिवार चों ही तुसीं चार चार बंदियां नूं सैट कीता होया है ना, तो बाकी पार्टी कित्थे जाएगी फिर, बाकी पार्टी का तो मतलब सिर्फ दरियां चाड़न वास्ते रह गई है। सो मैनूं इह लगदा कि जदों इस किस्म की राजनीति हुंदी है कल्ले चौटाला परिवार च नहीं है, एक सारे होर ईवन बादल परिवार च भी सेम ही है, जिहड़ी मनप्रीत और सुखबीर बादल होणा दा द्वेष चलिया वह भी इसे दा ही एक हिस्सा है जी, और ये चलता ही है जिथे भी परिवार ज़्यादा होंगे चाहे वह यूपी के अखिलेश यादव होना का परिवार लगा लो, उत्थे भी इसे तरह ही है, पांच पांच छे छे बंदे मतलब उन्होंने अपने ही मतलब उत्थे विच उन्होंने सीटां दित्तियां हुई ने, बादल परिवार की भी कैबिनेट से तुसीं देख लो पांच छे बंदे उन्होंने अपने ही सीगे। सो इस तरह की जो मतलब चीज़ आती है तो परिवार के बिखराव होना तय ही होंगे, क्योंकि पता होंगे कि जिहड़ा सब तो मोढ़ी है मुखी है वो हुण हटन वाला है तो उसकी कमांड किने संभालनी है, उदो फिर अगे उहदियां दो धिरां होंदियां, दो धिरां च कौन वो जो इस तरह किस्म की लड़ाई होंदी है तो परिवार के बिखराव होंदा ही है, और जिहड़ी ये चौटाला परिवार की लड़ाई दे विचों नवीं पार्टी उभरी है ये भी उसे का ही हिस्सा, मैं इनू उस नाल ही जोड़ के देखदा। बिल्कुल, कांग्रेस के कौमी प्रधान राहुल गांधी और सबका प्रधानमंत्री डॉक्टर मनमोहन सिंह अज मोहाली विखे आएंगे, जेकर इन्हों के आने के समागमों की गल करिए तो नाल दी नाल कैप्टन अमरिंदर सिंह की लग रहा है कि यह समागम के हाजिर होंगे, तो दूजे पासे कैप्टन अमरिंदर सिंह ते नवजोत सिंह सिद्धू दे विच आपसी जिहड़ी तकरार चल रही है वह भी कितने ना कितने हल होने दे क्यासराइयां लगाईयां जा रही ने कि राहुल गांधी इस दे विच कितने ना कितने पुल का काम करके दोवां नूं आपस दे विच इकट्ठियां कर देणगे, तुहानूं की लग रहा है? देखो पिछे जे लगातार नवजोत सिद्धू होरां ने भी एक बयान दिता सी जिहड़ा काफ़ी सख्त सीगा जदों उन्होंने तेलंगाना दे विच कहा जाके कि कौन कैप्टन, इहनूं लैके काफ़ी विवाद भी होया और पार्टी दे विच मतलब स्थिति इतों तक आ गई कि कैबिनेट के एक प्रस्ताव लिया के सारे जोड़े मंत्री हैगे है वह नवजोत सिद्धू कैबिनेट चो हटाने लिए मता पास कर दें, इस तरह की स्थिति भी आ गई थी जी। पर दूजे पासे नवजोत सिद्धू जोड़े है वह स्टार कंपेनर रहे हैं मतलब कांग्रेस लई जड़िया चार पाँच स्टेटा के इलैक्शन चले है उ जिस किसी लीडर की सब तो ज़्यादा मंग सी तो नवजोत सिद्धू की सी, और 70 रैलियां दे करीब करीब उन्होंने कीतियां ने, बहुत शॉर्ट पीरियड दे विच उन्होंने 70 रैलियां कीतियां, अंदाजा 6 to 7 रैलियां पर डे वो करते रहे हैं, जिहदे करके उन्होंने गला भी खराब हो गया, तो पढ़े ही होना अखबारों से उन्होंने 5-6 दिन की रैसट डॉक्टर ने दी है। जे तुसीं गल करो अज दे समागम की कि कैप्टन साहब का जिहड़ा अज तुसीं इस तो पहलां वाली खबर दे विच जिहड़ा जिक्र कीता सी करतारपुर लांघे वाली उस खबर दे विच उन्होंने नवजोत सिद्धू ਹੋਰਾਂ ਨਾਲ ਜਿਹੜੇ ਆਪਣੇ ਸੰਬੰਧ ਹੈ ਉਹਨਾਂ ਦੇ ਬਾਰੇ ਵੀ ਉਹ ਕਹਿ ਰਹੇ ਵੀ ਕੋਈ ਤਕਰਾਰ ਨਹੀਂ ਹੈ, ਲੇਕਿਨ ਇਹ ਕਹਿਣਾ ਦੇਖੋ ਮੀਡੀਆ ਦੇ ਵਿੱਚ ਇਹ ਕਹਿਣਾ ਕਿ ਤਕਰਾਰ ਨਹੀਂ ਹੈ ਇਹ ਇੱਕ ਅਲੱਗ ਚੀਜ਼ ਹੈ, ਲੇਕਿਨ ਤਕਰਾਰ ਤਾਂ ਕਿਤੇ ਨਾ ਕਿਤੇ ਹੈ ਹੀ ਤਾਂ ਹੀ ਉਹ ਮਤਾ ਆ ਰਿਹਾ ਸੀ। ਇੰਦਰਪ੍ਰੀਤ ਜੀ ਉਹਨਾਂ ਨੇ ਇਹ ਵੀ ਕਿਹਾ ਕਿ ਨਾਲ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਉਹ ਸੋਚ ਬਿਨਾਂ ਸੋਚੇ ਸਮਝੇ ਬੋਲ ਜਾਂਦੇ ਨੇ, ਸੋਚਣ ਤੋਂ ਪਹਿਲਾਂ ਬੋਲ ਜਾਂਦੇ ਨੇ। ਇਹ ਕਈ ਵਾਰੀ ਇਹ ਹੁੰਦਾ ਕਿ ਜਦੋਂ ਬੰਦਾ ਆਵੇਗ ਚ ਆ ਕੇ ਬੋਲਦਾ ਮਤਲਬ ਉਦੋਂ ਕੁਛ ਨਾ ਕੁਛ ਸ਼ਬਦ ਮੂੰਹ ਚੋਂ ਨਿਕਲ ਜਾਂਦੇ, ਮੈਂ ਇਸ ਗੱਲ ਤੋਂ
ਮਤਲਬ ਇਹ ਨਹੀਂ ਕਿ ਮੈਂ ਅਸਹਿਮਤ ਹਾਂ ਕੋਈ ਨਿਕਲ ਜਾਂਦਾ ਕੋਈ ਨਾ ਕੋਈ ਸ਼ਬਦ, ਲੇਕਿਨ ਸਿੱਧੂ ਬਹੁਤ ਸਿਆਣੇ ਲੀਡਰ ਹੈ, ਬਹੁਤ ਇਮਾਨਦਾਰ ਲੀਡਰ ਨੇ ਔਰ ਲੋਕਾਂ ਦੇ ਵਿੱਚ ਬਹੁਤ ਲੋਕਪ੍ਰਿਯ ਵੀ ਨੇ। ਮਤਲਬ ਉਹ ਉਹਨਾਂ ਦਾ ਤੁਸੀਂ ਦੇਖੋ ਤਾਂ ਪਿਛਲੇ ਦਿਨਾਂ ਦੇ ਵਿੱਚ ਜੇ ਅਸੀਂ ਕਰਤਾਰਪੁਰ ਲਾਂਘੇ ਦੀ ਉਹ ਗੱਲ ਤੋਂ ਲੈ ਕੇ ਹੁਣ ਤੱਕ ਦਾ ਉਹਨਾਂ ਦਾ ਆਹ ਦੇਖਿਆ ਜਾਏ ਤਾਂ ਉਹ ਕਾਫੀ ਵੱਡੇ ਕੱਦ ਦੇ ਲੀਡਰ ਬਣ ਕੇ ਉਭਰੇ ਹੈ। ਸਵਾਲ ਜਿਹੜਾ ਹੈਗਾ ਕਿ ਅੱਜ ਦੀ ਸਮਾਗਮ ਦੇ ਵਿੱਚ ਕੈਪਟਨ ਸਾਹਿਬ ਔਰ ਨਵਜੋਤ ਸਿੱਧੂ ਦੀ ਜੱਫੀ ਪਵਾਉਣਗੇ ਕਿ ਨਹੀਂ ਰਾਹੁਲ ਗਾਂਧੀ ਇਸ ਦੇ ਉੱਤੇ? ਸੋ ਮੈਨੂੰ ਇਹ ਨਹੀਂ ਲੱਗਦਾ ਕਿ ਇੰਨੀ ਕੋਈ ਸਾਰਵਜਨਿਕ ਤੌਰ 'ਤੇ ਇਸ ਤਰ੍ਹਾਂ ਦੀ ਕੋਈ ਗੱਲ ਹੋਏਗੀ। ਹਾਂ ਠੀਕ ਹੈ ਕਿ ਸ਼ਾਇਦ ਪਾਰਟੀ ਦੇ ਅੰਦਰ ਜਾਂ ਘਰ ਦੇ ਵਿੱਚ ਬੈਠ ਕੇ ਜਾਂ ਕਿਸੇ ਹੋਰ ਕਿਸੇ ਥਾਂ 'ਤੇ ਬੈਠ ਕੇ ਇਸ ਤਰ੍ਹਾਂ ਦੀ ਗੱਲ ਭਾਵੇਂ ਹੋ ਜੇ, ਪਰ ਮੈਨੂੰ ਇਹ ਲੱਗ ਨਹੀਂ ਰਿਹਾ ਕਿ ਉਹਨਾਂ ਦੀ ਕੋਈ ਬਹੁਤੀ ਜੱਫੀ ਪਵਾਉਣ ਵਾਲੀ ਗੱਲ ਹੈਗੀ ਹੈ, ਕਿਉਂਕਿ ਖੁਦ ਕੈਪਟਨ ਸਾਹਿਬ ਕੱਲ੍ਹ PGI 'ਚ ਫਿਰ ਉਹਨਾਂ ਨੂੰ ਲੈ ਕੇ ਜਾਣਾ ਪਿਆ, ਉਹ ਬਿਮਾਰ ਹੋ ਗਏ ਅਤੇ ਉਹ PGI 'ਚ ਦਾਖਲਾ ਡਾਕਟਰਾਂ ਨੇ ਉਹਨਾਂ ਨੂੰ ਅਗਲੇ 48 ਘੰਟੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਜੀ। ਤਾਂ ਸ਼ਾਇਦ ਉਹ ਬਾਹਰ ਨਾ ਜਾਣ, ਮੇਰੇ ਖਿਆਲ ਸਮਾਗਮ 'ਚ ਉਹਨਾਂ ਦਾ ਮੈਨੂੰ ਲੱਗਦਾ ਜਾਣਾ ਮੁਸ਼ਕਲ ਲੱਗ ਰਿਹਾ, ਕਿਉਂਕਿ ਡਾਕਟਰਾਂ ਨੇ ਕਿਹਾ ਕਿ 48 ਘੰਟੇ ਉਹਨਾਂ ਨੇ ਬਾਹਰ ਨਹੀਂ ਨਿਕਲਣਾ ਜੀ। ਔਰ ਪਿੱਛੇ ਜੇ ਵੀ ਉਹ ਪਿਛਲੇ ਹਫ਼ਤੇ ਵੀ ਉਹ ਕਾਫੀ ਢਿੱਲੇ ਹੋ ਗਏ ਸੀ ਤਾਂ ਡਾਕਟਰਾਂ ਦੀ ਸਲਾਹ ਨਾਲ ਉਹ ਬਾਹਰ ਨਹੀਂ ਨਿਕਲ ਰਹੇ। ਹਾਂ ਆਪਣੇ ਘਰ 'ਚ ਜ਼ਰੂਰ ਉਹ ਮੀਟਿੰਗਸ ਵਗੈਰਾ ਕਰ ਰਿਹਾ, ਲੇਕਿਨ ਆਹ ਜਿਹੜੀ ਰਾਹੁਲ ਗਾਂਧੀ ਹੋਣਾ ਦੀ ਉਸ 'ਚ ਹੈ, ਉਹ ਮੈਨੂੰ ਲੱਗਦਾ ਕਿ ਉਹਦੇ ਵਿੱਚ ਤਾਂ ਸ਼ਾਇਦ ਇਹ ਸਿੱਧੂ ਔਰ ਕੈਪਟਨ ਦਾ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਜੱਫੀ ਪਵਾਉਣ ਵਾਲੀ ਗੱਲ ਹੈ ਜਾਂ ਕੋਈ ਮਨਾਉਣ ਵਾਲੀ ਗੱਲ ਹੈ, ਇਸ ਤਰ੍ਹਾਂ ਦਾ ਕੁਛ ਨਹੀਂ ਹੋਏਗਾ। ਇਹ ਇਹਨੂੰ ਤੁਸੀਂ 2019 ਦੇ ਇਲੈਕਸ਼ਨ ਨਾਲ ਜੋੜ ਕੇ ਜ਼ਰੂਰ ਦੇਖ ਸਕਦੇ ਹੋ ਸਮਾਗਮ ਨੂੰ। ਮੇਰੇ ਖਿਆਲ ਹੈ ਕਿ ਕਾਂਗਰਸ ਨੂੰ ਬਹੁਤ ਉਮੀਦ ਹੈ, ਕਿਉਂਕਿ ਕੱਲ੍ਹ ਤਿੰਨੋਂ ਜਿਹੜੇ ਸਟੇਟਾਂ ਦੇ ਵਿੱਚ ਉਹਨਾਂ ਨੂੰ ਚੰਗੀ ਆਸ ਹੈ। ਤੁਸੀਂ ਦੇਖਿਆ ਐਗਜ਼ਿਟ ਪੋਲ ਦੇ ਵਿੱਚ ਵੀ ਕਾਂਗਰਸ ਵੱਡੀ ਪਾਰਟੀਆਂ ਦੇ ਰੂਪ 'ਚ ਉੱਭਰ ਰਹੀ ਹੈ, ਔਰ ਰਾਜਸਥਾਨ ਦੇ ਵਿੱਚ ਤਾਂ ਉਹਨਾਂ ਦਾ ਕਲੀਅਰ ਕੱਟ ਉਹਨਾਂ ਨੂੰ ਦਿਖਾਈ ਰਿਹਾ ਸਾਰੇ ਚੈਨਲ ਕਿ ਕਲੀਅਰ ਕੱਟ ਮੈਜੋਰਟੀ ਆ ਰਹੀ ਉਹਨਾਂ ਦੀ। ਸੋ ਮੈਨੂੰ ਇਹ ਲੱਗਦਾ ਕਿ ਇਹ ਪਾਰਟੀ ਲਈ ਇੱਕ ਬੜਾ ਬੂਸਟ ਹੋਣ ਵਾਲੀ ਗੱਲ ਹੈ, ਔਰ ਪਹਿਲਾਂ ਵੀ ਪੰਜਾਬ ਤੋਂ ਇਲਾਵਾ ਉਹਨਾਂ ਦੀ ਕਿਤੇ ਕੋਈ ਹੋਰ ਫੁੱਲ ਫਲੈਜਡ ਗੌਰਮੈਂਟ ਹੈ ਨਹੀਂ ਹੈ। ਸੋ ਇਸੇ ਕਰਕੇ ਪੰਜਾਬ ਤੋਂ ਹੀ ਉਹ 2019 ਦਾ ਬਿਗਲ ਵਜਾ ਰਹੇ ਹੈ, ਔਰ ਮੈਨੂੰ ਇਸ ਤੋਂ ਵੱਡੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਬਸ ਕਿ ਇਹ ਬਿਗਲ ਵਜਾਉਣ ਹੀ ਆਏ ਹੈ, ਔਰ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਡਾਕਟਰ ਮਨਮੋਹਨ ਸਿੰਘ ਹੈ ਉਹ ਪੰਜਾਬ ਨਾਲ ਹੀ ਸੰਬੰਧ ਹੈ ਉਹਨਾਂ ਦਾ, ਅਤੇ ਉਹਨਾਂ ਨੂੰ ਨਾਲ ਲੈ ਕੇ ਆਏ ਆਉਣਗੇ। ਅਤੇ ਇਹ ਟੋਟਲ ਪਿਓਰ ਪੋਲੀਟੀਕਲ ਉਹ ਹੈ, ਇਹ ਰਬਾਨਾ ਕੋਈ ਵੀ ਹੋ ਸਕਦਾ ਕਿ ਉਹ ਅਖਬਾਰ ਦੇ ਇੱਕ ਫੰਕਸ਼ਨ 'ਤੇ ਆ ਰਹੇ ਆ, ਜਿਹੜਾ ਉਹਨਾਂ ਦਾ ਆਪਣਾ ਹੀ ਅਖਬਾਰ ਹੈ ਕਾਂਗਰਸ ਪਾਰਟੀ ਨਾਲ ਸੰਬੰਧ, ਪਰ ਮੇਨਲੀ ਉਹਨਾਂ ਦਾ ਜਿਹੜਾ ਹੈਗਾ ਉਹ ਪਾਰਟੀ ਜਿਹੜੇ ਲੋਕ ਸਭਾ ਇਲੈਕਸ਼ਨਸ ਨੇ ਉਹਨਾਂ ਦੀ ਹੈ ਜੀ। ਬਿਲਕੁਲ, ਮਿਲਟਰੀ ਲਿਟਰੇਚਰ ਫੈਸਟੀਵਲ 3 ਦਿਨਾਂ ਮਗਰੋਂ ਚੰਡੀਗੜ੍ਹ ਦੇ ਵਿੱਚ ਸਮਾਪਤ ਹੋ ਗਿਆ। ਇਸ ਦੇ ਵਿੱਚ ਖਾਸ ਕਰਕੇ ਕਸ਼ਮੀਰ ਮੁੱਦੇ ਨੂੰ ਲੈ ਕੇ ਅਤੇ ਹੋਰ ਵੀ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ। ਅਤੇ ਜੇਕਰ ਕਸ਼ਮੀਰ ਮੁੱਦੇ ਦੀ ਗੱਲ ਕਰੀਏ ਤਾਂ ਕਿਹਾ ਗਿਆ ਹੈ ਕਿ ਕਸ਼ਮੀਰ ਮੁੱਦੇ ਨੂੰ ਸਿਰਫ ਤੋਂ ਸਿਰਫ ਸਿਆਸੀ ਧਿਰ ਦੇ ਸਿਆਸੀ ਨਜ਼ਰੀਏ ਦੇ ਨਾਲ ਨਜਿੱਠਣ ਦੀ ਜਿਹੜੀ ਲੋੜ ਹੈ, ਤੁਹਾਨੂੰ ਕੀ ਲੱਗ ਰਿਹਾ ਅਤੇ ਕਿਹੜੇ ਕਿਹੜੇ ਹੋਰ ਇਸ ਦੇ ਵਿੱਚ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ? ਦੇਖੋ, ਮੈਂ ਇਹ 2 ਦਿਨ ਮੈਂ ਮਤਲਬ ਲਿਟਰੇਚਰ ਫੈਸਟ ਦੇ ਵਿੱਚ ਮੈਂ ਗਿਆ, ਉੱਥੇ ਮੈਂ ਸੁਣਿਆ ਜੀ, ਔਰ ਇਹ ਬਹੁਤ ਅੱਛੀ ਪਹਿਲ, ਮਤਲਬ ਜਿਹੜੇ ਸਾਡੇ ਤੇਜਿੰਦਰ ਸਿੰਘ ਸ਼ੇਰਗਿੱਲ ਹੈਗੇ ਆ CM ਸਾਹਿਬ ਦੇ ਐਡਵਾਈਜ਼ਰ, ਉਹਨਾਂ ਨੇ ਮਤਲਬ ਇਹ ਪਹਿਲ ਕਰਕੇ ਪਿਛਲੇ ਜਿਹੜਾ ਸਾਲ ਸੀਗਾ ਉਸ ਤੋਂ ਇਸ ਮਿਲਟਰੀ ਫੈਸਟ ਦੀ ਸ਼ੁਰੂਆਤ ਕੀਤੀ ਸੀ, ਔਰ ਬਹੁਤ ਕਾਮਯਾਬ, ਤੁਸੀਂ ਇਹਨੂੰ ਕਹਿ ਸਕਦੇ ਹੋ ਬਹੁਤ ਕਾਮਯਾਬ ਲਿਟਰੇਚਰ ਫੈਸਟ ਸੀ। ਜਿੱਥੇ ਹੁਣ ਤੁਸੀਂ ਗੱਲ ਕਰ ਰਹੇ ਹੋ ਕਸ਼ਮੀਰ ਔਰ ਪਾਕਿਸਤਾਨ ਨਾਲ ਸੰਬੰਧਿਤ ਇਸ਼ੂਜ਼ ਬਹੁਤ ਉੱਥੇ ਡਿਸਕਸ ਹੋਏ। ਦੇਖੋ ਸਾਰੇ ਇਸ, ਕਿਉਂਕਿ ਇਹ ਟੋਟਲ ਮਿਲਟਰੀ ਨਾਲ ਸੰਬੰਧਿਤ ਹੈ, ਇਸ ਕਰਕੇ ਮਿਲਟਰੀ ਨਾਲ ਸੰਬੰਧਿਤ ਜਿੰਨੇ ਸਾਬਕਾ ਸਾਡੇ ਸੈਨਾ ਦੇ ਅਧਿਕਾਰੀ ਨੇ ਉਹ ਇਹਦੇ ਵਿੱਚ ਸ਼ਾਮਿਲ ਹੋਏ ਸੀ, ਔਰ ਨੈਚੁਰਲੀ ਜਦੋਂ ਸੈਨਾ ਅਧਿਕਾਰੀ ਆਉਂਦੇ ਹੈ ਤਾਂ ਉਹਨਾਂ 'ਚੋਂ ਮੋਸਟਲੀ ਜਿਹੜੇ ਹੈਗੇ ਆ ਉਹ ਉਹਨਾਂ ਦਾ ਕੰਮ ਕਸ਼ਮੀਰ ਅਤੇ ਔਰ ਪਾਕਿਸਤਾਨ ਦੇ ਉੱਤੇ ਹੁੰਦਾ ਹੀ ਹੈ, ਔਰ ਜਦੋਂ ਡਿਸਕਸ਼ਨ ਚੱਲਦੀ ਹੈ ਫਿਰ ਇਹ ਦੋਨੋਂ ਚੀਜ਼ਾਂ ਡਿਸਕਸ ਹੁੰਦੀਆਂ ਹੀ ਨੇ। ਔਰ ਕਿਉਂਕਿ ਪੰਜਾਬ ਤਾਂ ਸਿੱਧਾ ਹੀ ਤਾਲੁਕ ਰੱਖਦਾ ਇਹਨਾਂ ਚੀਜ਼ਾਂ ਨਾਲ, ਪੰਜਾਬ ਦੇ ਵਿੱਚ ਸੰਬੰਧ ਹੈ ਉਹਨਾਂ ਦਾ, ਅਤੇ ਇਸ ਕਰਕੇ ਬਹੁਤ ਡਿਸਕਸ਼ਨ ਦੇ ਪੁਆਇੰਟ ਸੀ ਔਰ ਕਾਫੀ ਉੱਭਰ ਕੇ ਆਏ। ਲੋਕਾਂ ਨੇ ਬਹੁਤ ਪਾਰਟੀਸਪੇਟ ਕੀਤਾ, ਲੋਕਾਂ ਨੇ ਬਹੁਤ ਕੁਐਸਚਨਸ ਪੁੱਛੇ ਉਹਨਾਂ ਨੂੰ ਜਿਹੜੇ ਸੈਨਾ ਅਧਿਕਾਰੀ ਸੀ, ਔਰ ਉਹਦੇ ਵਿੱਚ ਹੀ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਜਿਹੜਾ ਰੋ ਦੇ ਸਾਡੇ ਸਾਬਕਾ ਚੀਫ AS ਦੁਲਟ ਰਹੇ ਨੇ ਜਾਂ KC ਵਰਮਾ ਰਹੇ ਨੇ, ਲੈਫਟੀਨੈਂਟ ਜਨਰਲ ਡਾਵਰ ਸਾਡੇ ਰਹੇ ਹੈ, ਉਹਨਾਂ ਨੇ ਵੀ ਇਸ ਗੱਲ ਨੂੰ ਬੜਾ ਉਭਾਰਿਆ ਕਿ ਜਿਹੜਾ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹੈ ਉਹਨਾਂ ਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ, ਉਹ ਹਜੇ ਤੱਕ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਹੈਗੀ ਹੈ, ਜੋ ਕਰ ਰਹੇ ਉਹ ਪੋਜ਼ੀਟਿਵਲੀ ਕਰ ਰਹੇ, ਔਰ ਸਾਨੂੰ ਵੀ ਭਾਰਤ ਨੂੰ ਵੀ ਪੋਜ਼ੀਟਿਵ ਸਟੈਪ ਹੀ ਲੈਣਾ ਚਾਹੀਦਾ।
ਔਰ ਕਸ਼ਮੀਰ ਇਸ਼ੂ ਦੇ ਮੁੱਦੇ 'ਤੇ ਉਹਨਾਂ ਨੇ ਕੱਲ੍ਹ ਜਿਹੜੀ ਫਿਰ ਉਹਨਾਂ ਨੇ ਗੱਲ ਕੀਤੀ ਕਿ ਕਸ਼ਮੀਰ ਦਾ ਜਿਹੜੀ ਹੱਲ ਹੈ ਜੀ ਉਹ ਪੋਲੀਟੀਕਲ ਫੈਸਲਾ ਹੀ ਹੋਊਗਾ, ਪੋਲੀਟੀਕਲ ਦੇ ਤੌਰ 'ਤੇ ਹੀ ਹੋਊਗਾ, ਉਹ ਲੜਾਈ ਨਾਲ ਇਹਨਾਂ ਨਾਲ ਤਾਂ ਹੋਣਾ ਬਿਲਕੁਲ ਨਹੀਂ ਹੈਗਾ। ਇਹ ਪੋਲੀਟੀਕਲ ਫੈਸਲੇ ਨੇ ਔਰ ਦੋਨਾਂ ਧਿਰਾਂ ਨੂੰ ਬੈਠ ਕੇ ਹੀ ਮੈਨੂੰ ਲੱਗਦਾ ਕਿ ਇਹ ਕਰਨਾ ਚਾਹੀਦਾ ਔਰ ਇਹ ਕੱਲ੍ਹ ਜਿੱਥੇ ਸਾਡੇ ਸੈਨਾ ਅਧਿਕਾਰੀ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ। ਬਿਲਕੁਲ, ਅੱਜ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਣੀ ਹੈ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਆਵਾਮ ਬਹੁਤ ਕੁਝ ਪੰਜਾਬ ਮੰਤਰੀ ਮੰਡਲ ਤੋਂ ਅਤੇ ਪੰਜਾਬ ਦੀ ਸਰਕਾਰ ਦੇ ਕੋਲੋਂ ਚਾਹੁੰਦੀ ਹੈ। ਕੀ ਲੱਗ ਰਿਹਾ ਕਿ ਜੋ ਮਸਲੇ ਪਿਛਲੇ ਸਮੇਂ ਤੋਂ ਅਟਕੇ ਹੋਏ ਨੇ ਪੰਜਾਬ ਦੀ ਆਵਾਮ ਦੀਆਂ ਜਿਹੜੀਆਂ ਮੰਗਾਂ ਨੇ ਉਹ ਇਸ ਮੰਤਰੀ ਮੰਡਲ ਦੇ ਵਿੱਚ ਵਿਚਾਰੀਆਂ ਜਾਣਗੀਆਂ? ਕੀ ਕੁਝ ਨਵਾਂ ਆਉਣ ਦੀ ਗੱਲ ਕਹੀ ਜਾ ਸਕਦੀ ਹੈ? ਹਜੇ ਤਾਂ ਮੈਨੂੰ ਵੈਸੇ ਇਹ ਰੱਖੀ ਤਾਂ ਹੋਈ ਸੀ ਮੀਟਿੰਗ, ਪਰ ਹਜੇ ਮੈਨੂੰ ਇਸ ਗੱਲ ਤੋਂ ਵੀ ਥੋੜ੍ਹਾ ਜਿਹਾ ਆਸ਼ੰਕਾ ਜੀ ਹੈ ਕਿਉਂਕਿ CM ਸਾਹਿਬ ਬਿਮਾਰ ਨੇ ਕਿ ਉਹ ਮੀਟਿੰਗ 'ਚ ਆਉਣਗੇ ਕਿ ਨਹੀਂ, ਕਿਉਂਕਿ ਪਿਛਲੀ ਵਾਰ ਵੀ ਮੀਟਿੰਗ ਉਹਨਾਂ ਨੇ ਆਪਣੇ ਘਰ ਕੀਤੀ ਸੀ ਕੈਬਨਿਟ ਦੀ, ਫਸਟ ਟਾਈਮ ਹੋਇਆ ਕਿ ਉਹਨਾਂ ਨੇ ਆਪਣੇ ਘਰ ਬੁਲਾਈ ਕੈਬਨਿਟ ਵਿੱਚ, ਤਾਂ ਜੇ ਤਾਂ ਉਹ ਠੀਕ ਹੋਏ ਤਾਂ ਫਿਰ ਤਾਂ ਇਹ ਸ਼ਾਇਦ ਮੀਟਿੰਗ ਹੋਏਗੀ। ਅਦਰਵਾਈਜ਼ ਜਿਹੜੀ ਇਹਦੇ 'ਚ ਕੋਈ ਬਹੁਤੀਆਂ ਵੱਡੀਆਂ ਮੰਗਾਂ ਵਾਲੀ ਉਹ ਏਜੰਡੇ ਨਹੀਂ ਹੈਗੇ ਜਿਹੜੇ ਪਰਸੋਂ ਤੋਂ ਸ਼ੁਰੂ ਹੋਣਾ ਹੈ ਵਿਧਾਨ ਸਭਾ ਦਾ ਬਜਟ ਸੈਸ਼ਨ, ਸੋਰੀ ਸ਼ੀਸ਼ਕਾਲੀਨ ਸੈਸ਼ਨ, ਉਹਦੇ ਉੱਤੇ ਹੀ ਜ਼ਿਆਦਾ ਫੋਕਸ ਰਹੇਗਾ ਔਰ ਉਹਦੇ 'ਚ ਜਿਹੜੇ ਜਿਹੜੇ ਬਿੱਲ ਆਉਣੇ ਹੈ ਮੈਨੂੰ ਲੱਗਦਾ ਕਿ ਉਹ ਉਹਨਾਂ ਨੂੰ ਕੈਬਨਿਟ ਅਪਰੂਵਲ ਦੇਗੀ ਔਰ ਜ਼ਿਆਦਾ ਇਸ 'ਚ ਮੰਗਾਂ ਏਜੰਡੇ ਕੋਈ ਹੈ ਨਹੀਂ ਹੈ ਕਿਉਂਕਿ ਹਜੇ 4-5 ਦਿਨ ਪਹਿਲਾਂ ਹੀ ਜਿਹੜੀ ਕੈਬਨਿਟ ਹੋਈ ਸੀ ਉਸ 'ਚ ਬਹੁਤ ਸਾਰੇ ਏਜੰਡੇ ਪਾਸ ਹੋ ਚੁੱਕੇ ਹੈ। ਇਹਦੇ ਵਿੱਚ ਜਿਹੜਾ ਇੱਕ ਇਹ ਵਾਲਾ ਹੈਗਾ ਪੈਰੋਲ ਦਾ ਇੱਕ ਏਜੰਡਾ ਸ਼ਾਇਦ ਆਉਣਾ ਹੈ ਕਿ ਕੈਦੀਆਂ ਦੀ ਜਿਹੜੀ ਪੈਰੋਲ 12 ਹਫ਼ਤੇ ਮਿਲਦੀ ਰਹੀ ਹੈ ਉਹਨਾਂ ਨੂੰ ਵਧਾ ਕੇ 16 ਹਫ਼ਤੇ ਦੀ ਕੀਤੀ ਜਾਏ, ਇਹ ਇੱਕ ਏਜੰਡਾ ਜ਼ਰੂਰ ਇੰਪੋਰਟੈਂਟ ਹੈ। ਬਾਕੀ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਬਿੱਲ ਹੀ ਹੋਣਗੇ, ਇਸ ਤੋਂ ਇਲਾਵਾ ਕੁਛ ਨਹੀਂ ਹੋਏਗਾ ਇਹਦੇ 'ਚ। ਬਿਲਕੁਲ, ਜੇਕਰ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣ ਜਾ ਰਹੀਆਂ ਨੇ, ਪਰ ਪਿਛਲੇ ਲੰਬੇ ਸਮੇਂ ਤੋਂ ਪਿਛਲੇ 4 ਸਾਲਾਂ ਤੋਂ ਪੰਜਾਬ ਦੇ ਜਿਹੜੇ ਪੰਚਾਇਤੀ ਚੋਣਾਂ ਦੇ ਸਰਮੌਰ ਯਾਨੀ ਕਿ ਸਰਪੰਚ ਕਹੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਣ ਭੱਤਾ ਪਿਛਲੇ 4 ਸਾਲਾਂ ਤੋਂ ਨਹੀਂ ਮਿਲਿਆ। ਹੁਣ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ, ਨਵੇਂ ਸਰਪੰਚ ਚੁਣੇ ਜਾਣਗੇ, ਪਰ ਪਿਛਲੀਆਂ ਜਿਹੜੀਆਂ ਪੰਚਾਇਤਾਂ ਸੀ ਉਹਨਾਂ ਦੇ ਸਰਪੰਚ ਨੇ ਉਹਨਾਂ ਨੂੰ ਮਾਣ ਭੱਤਾ ਨਹੀਂ ਮਿਲਿਆ। ਅਕਾਲੀ ਭਾਜਪਾ ਸਰਕਾਰ ਰਹੀ ਅਤੇ ਹੁਣ ਕਾਂਗਰਸ ਸਰਕਾਰ ਵੇਲੇ ਵੀ ਇਹੋ ਹਾਲ ਹੈ, ਕੀ ਲੱਗ ਰਿਹਾ? ਦੇਖੋ ਇਹ ਪਿਛਲੇ ਜਦੋਂ ਪੰਚਾਇਤ ਇਲੈਕਸ਼ਨ ਹੋਈ ਸੀ ਉਦੋਂ ਅਕਾਲੀ ਦਲ BJP ਦੀ ਗੌਰਮੈਂਟ ਨੇ ਇਹ ਫੈਸਲਾ ਲਿਆ ਸੀ ਕਿ ਸਰਪੰਚਾਂ ਨੂੰ 1200 ਰੁਪਏ ਮਾਣ ਭੱਤਾ ਦਿੱਤਾ ਜਾਏ ਔਰ ਉਹਨਾਂ ਨੇ ਮੇਰੇ ਖਿਆਲ ਸ਼ਾਇਦ 1 ਸਾਲ ਦਿੱਤਾ ਵੀ ਸੀ ਔਰ ਉਸ ਤੋਂ ਬਾਅਦ ਲਗਾਤਾਰ 4 ਸਾਲ ਹੋ ਗਏ ਆ ਹੁਣ ਉਹਨਾਂ ਨੂੰ ਨਹੀਂ ਮਿਲ ਰਿਹਾ। ਸੋ ਦੇਖੋ ਇਹ ਠੀਕ ਨਹੀਂ ਹੈ, ਮੈਨੂੰ ਲੱਗਦਾ ਕਿ ਅਗਰ ਜਾਂ ਤਾਂ ਪਹਿਲਾਂ ਤੋਂ ਹੀ ਤੁਸੀਂ ਅਗਰ ਤੈਅ ਕਰ ਰੱਖੇ ਨਹੀਂ ਦੇਣਾ ਵੀ ਇਹ ਸੇਵਾ ਦੇ ਤੌਰ 'ਤੇ ਹੀ ਆਉਂਦੇ ਆ ਤਾਂ ਸੇਵਾ ਦੇ ਤੌਰ 'ਤੇ ਹੀ ਕਰਨ ਤਾਂ ਓਕੇ ਹੈ, ਪਰ ਜੇ ਤੁਸੀਂ ਇਹ ਤੈਅ ਕਰ ਲਿਆ ਕਿ ਦੇਣਾ ਹੈ ਤਾਂ ਫਿਰ 1200 ਰੁਪਇਆ ਮੈਨੂੰ ਲੱਗਦਾ ਕਿ ਕੋਈ ਬਹੁਤ ਵੱਡੀ ਅਮਾਊਂਟ ਵੀ ਨਹੀਂ ਹੁੰਦੀ ਕਿ ਜਿਹੜੀ ਨਾ ਦਿੱਤੀ ਜਾ ਸਕੇ। ਖਾਸ ਤੌਰ 'ਤੇ ਜਦੋਂ ਮੈਂ ਅਸੀਂ ਜਦੋਂ ਫੀਲਡ ਦੇ ਵਿੱਚ ਜਾਂਦੇ ਹਾਂ ਤਾਂ ਜਿੱਥੇ ਰਿਜ਼ਰਵ ਪੰਚਾਇਤਾਂ ਹੈਗੀਆਂ ਨੇ ਉੱਥੇ ਬਹੁਤ ਗਰੀਬ ਤਬਕੇ ਨਾਲ ਕਈ ਸਰਪੰਚ ਮਤਲਬ ਬਣਦੇ ਆ, ਬਹੁਤ ਔਖੀ ਉਸ 'ਚੋਂ ਨਿਕਲਦੇ ਆ ਹਾਲਾਤ 'ਚੋਂ, ਅਤੇ ਜੇ ਉਹਨਾਂ ਨੂੰ 1200 ਰੁਪਇਆ ਤੁਸੀਂ ਮਤਲਬ ਦੇ ਰਹੇ ਹੋ ਤਾਂ ਉਹ ਇਹ ਇੰਨਾ ਇਹੋ ਜਿਹਾ ਹੀ ਖਰਚਾ ਹੁੰਦਾ ਕਿ ਉਹ ਜਿਹੜੇ ਲੋਕਾਂ ਦੇ ਹੀ ਕੰਮ ਨੇ, ਕਿਤੇ ਜਾ ਕੇ ਆਉਣਾ, ਕੋਈ ਥਾਣੇ ਜਾ ਰਿਹਾ, ਕੋਈ ਪਟਵਾਰੀਆਂ ਕੋਲ ਜਾ ਰਿਹਾ, ਕੋਈ ਕਿਤੇ ਜਾ ਰਿਹਾ, ਉਹਨਾਂ ਨੂੰ ਲੈ ਕੇ ਜਾਣਾ, ਉਹਦੇ ਵਿੱਚ ਜਿਹੜਾ ਉਹਨਾਂ ਦਾ ਖਰਚਾ ਹੁੰਦਾ ਉਹੀ ਪੂਰਾ ਹੋ ਪਾਉਂਦਾ। ਜੇ ਉਹਦੇ ਲਈ ਵੀ ਉਹਨਾਂ ਨੂੰ ਫੰਡ ਨਹੀਂ ਦਿੱਤਾ ਜਾਣਾ ਤਾਂ ਮੈਨੂੰ ਲੱਗਦਾ ਕਿ ਇਹ ਇਸ ਤੋਂ ਵੱਡੀ ਦੁਖਦ ਗੱਲ ਨਹੀਂ ਹੋਣੀ ਹੋ ਸਕਦੀ। ਇਹ ਇਸ 'ਤੇ ਫੈਸਲਾ ਕਰ ਲੈਣਾ ਚਾਹੀਦਾ ਕਿ ਇਹ ਦਿੱਤਾ ਜਾਣਾ ਜਾਂ ਨਹੀਂ ਦਿੱਤਾ ਜਾਣਾ, ਜੇ ਤਾਂ ਦਿੱਤਾ ਜਾਣਾ ਹੈ ਤਾਂ ਫਿਰ ਉਹਨਾਂ ਨੂੰ ਟਾਈਮਲੀ ਇਹ ਦੇਣਾ ਚਾਹੀਦਾ ਜੀ। ਔਰ ਜਿਹੜੇ ਵੀ ਨਵੇਂ ਹੁਣ ਸਰਪੰਚ ਬਣਨਗੇ 30 ਦਸੰਬਰ ਤੋਂ ਬਾਅਦ, ਮੈਨੂੰ ਲੱਗਦਾ ਕਿ ਇਹ ਜਿਹੜੇ ਨਵੀਂ ਹੁਣ ਸਰਕਾਰ ਵੀ ਨਵੀਂ ਆ ਔਰ ਸਰਪੰਚ ਵੀ ਨਵੇਂ ਆਉਂਦੇ ਆ ਤੇ ਉਹਦੇ ਵਿੱਚ ਇਹ ਮੈਨੂੰ ਲੱਗਦਾ ਕਿ ਫੈਸਲਾ ਕਰਕੇ ਉਹਨਾਂ ਨੂੰ 100% ਦੇਣਾ ਚਾਹੀਦਾ ਹੈ। ਇੰਦਰਪ੍ਰੀਤ ਜੀ, ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸਟੂਡੀਓ ਦੇ ਵਿੱਚ ਆਏ ਅਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੀਆਂ ਜਾਣਕਾਰ ਭਰਪੂਰ ਗੱਲਾਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਦਰਸ਼ਕਾਂ ਤੋਂ ਅੱਗੇ ਚਾਹੁੰਦੇ ਹਾਂ, ਧੰਨਵਾਦ।